ਕਿਸਾਨਾਂ ਦੇ ਨਾਲ ਜੁੜੀ ਹੋਈ ਇਹ ਵੱਡੀ ਖਬਰ ਹੈ ਤਾਂ ਕਿਸਾਨ ਅੰਦੋਲਨ ਦਾ ਅੱਜ ਪੰਜਵਾਂ ਦਿਨ ਹੈ। ਲਗਾਤਾਰ ਸ਼ੰਭੂ ਅਤੇ ਖਨੌਰੀ ਬਾਰਡਰ ਤੇ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਡਟੇ ਹੋਏ ਨੇ। ਕਿਸਾਨਾਂ ਦਾ ਕਹਿਣਾ ਹੈ ਜਦੋਂ ਤੱਕ ਮਸਲਾ ਹੱਲ ਨਹੀਂ ਹੁੰਦਾ ਅਸੀਂ ਇਸੇ ਤਰ੍ਹਾਂ ਸੰਘਰਸ਼ ਕਰਾਂਗੇ। ਤਾਂ ਵੱਡੀ ਗਿਣਤੀ ਦੇ ਵਿੱਚ ਜਿਹੜੇ ਕਿਸਾਨ ਨੇ ਬਾਰਡਰਾਂ ਤੇ ਤਾਇਨਾਤ ਨੇ, ਜਿਸ ਨੂੰ ਵੇਖਦਿਆਂ ਵੱਡੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਜਿਹੜੀ ਹੈ ਉਹ ਤਾਇਨਾਤ ਕੀਤੀ ਗਈ ਹੈ ਤਾਂ ਜੋ ਕੋਈ ਅਣਸੁਖਾਵੀਂ ਘਟਨਾ ਜਿਹੜੀ ਹੈ ਉਹ ਨਾ ਵਾਪਰੇ। ਔਰ ਕਿਸਾਨਾਂ ਦੇ ਵੱਲੋਂ ਆਪਣੀਆਂ ਪੈਂਡਿੰਗ ਮੰਗਾਂ ਨੂੰ ਲੈ ਕੇ ਲਗਾਤਾਰ ਜਿਹੜਾ ਜ਼ੋਰਦਾਰ ਪ੍ਰਦਰਸ਼ਨ ਹੈ ਉਹ ਕੀਤਾ ਜਾ ਰਿਹਾ। ਸ਼ੰਭੂ ਅਤੇ ਖਨੌਰੀ ਤੇ ਇਸ ਸਮੇਂ ਦੀਆਂ ਤਸਵੀਰਾਂ ਵੀ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਵੱਡੀ ਗਿਣਤੀ ਦੇ ਵਿੱਚ ਜਿਹੜੇ ਕਿਸਾਨ ਨੇ ਆਪਣੀਆਂ ਪੈਂਡਿੰਗ ਮੰਗਾਂ ਨੂੰ ਲੈ ਕੇ ਲਗਾਤਾਰ ਮੰਗ ਕਰ ਰਹੇ ਨੇ। ਜ਼ਿਆਦਾ ਜਾਣਕਾਰੀ ਦੇ ਲਈ ਮੇਰੇ ਨਾਲ ਮੇਰੇ ਸਹਿਯੋਗੀ ਸ਼ੰਭੂ ਬਾਰਡਰ ਤੋਂ ਗਰਾਊਂਡ ਜ਼ੀਰੋ ਤੋਂ ਰੋਹਿਤ ਬਾਂਸਲ ਜੁੜ ਚੁੱਕੇ ਨੇ ਸਾਡੇ ਨਾਲ। ਰੋਹਿਤ, ਫਿਲਹਾਲ ਦੇ ਮੌਜੂਦਾ ਹਾਲਾਤ ਕੀ ਨੇ ਸ਼ੰਭੂ ਬਾਰਡਰ ਤੇ? ਹਾਂ ਜੀ ਬਿਲਕੁਲ, ਜੇਕਰ ਗੱਲ ਕੀਤੀ ਜਾਵੇ ਤਾਂ ਅੱਜ ਅੰਦੋਲਨ ਪੰਜਵੇਂ ਦਿਨ ਦੇ ਵਿੱਚ ਦਾਖਲ ਹੋ ਚੁੱਕਾ ਹੈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਇਹਨਾਂ ਦੇ ਨਾਲ ਹੀ BKU ਸਿੱਧੂਪੁਰਾ ਇਹ ਤਮਾਮ ਜਿਹੜੀਆਂ ਕਿਸਾਨ ਜਥੇਬੰਦੀਆਂ ਰਾਜਸਥਾਨ ਦੇ ਜਿਹੜੇ ਕਿਸਾਨ ਸੰਗਠਨ ਨੇ ਉਹਨਾਂ ਦੀਆਂ ਜਿਹੜੀ ਇੱਕ ਸਾਂਝੀ ਮੀਟਿੰਗ ਹੈ ਉਹ ਇਸ ਵਕਤ ਬਾਰਡਰ 'ਤੇ ਚੱਲ ਰਹੀ ਹੈ। ਥੋੜ੍ਹੀ ਦੇਰ ਬਾਅਦ ਹੀ ਇੱਕ ਪ੍ਰੈਸ ਕਾਨਫਰੰਸ ਹੈ ਜਿਹੜੀ ਉਹ ਕੀਤੀ ਜਾਏਗੀ ਕਿ ਅੱਗੇ ਦੀ ਰਣਨੀਤੀ ਕੀ ਰਹਿਣ ਵਾਲੀ ਹੈ, ਕਿਉਂਕਿ ਕੱਲ੍ਹ ਨੂੰ ਕਿਸਾਨਾਂ ਦੀ ਕੇਂਦਰ ਸਰਕਾਰ ਦੇ ਨਾਲ ਮੀਟਿੰਗ ਹੈ। ਜਿੱਥੇ ਪੰਜਾਬ ਦਾ ਕਿਸਾਨ ਡਟਿਆ ਹੋਇਆ ਉੱਥੇ ਹਰਿਆਣੇ ਦੇ ਕਿਸਾਨ ਦਾ ਯੋਗਦਾਨ ਮਿਲ ਰਿਹਾ ਔਰ ਨਾਲ ਨਾਲ ਪੰਜਾਬ ਦੇ ਨਾਲ ਲੱਗਦੇ ਗਵਾਂਢੀ ਸੂਬੇ ਰਾਜਸਥਾਨ ਤੋਂ ਵੀ ਬਹੁਤ ਸਾਰੇ ਕਿਸਾਨ ਨੇ ਜਿਹੜੇ ਪਹੁੰਚੇ ਨੇ। ਇਸ ਪਾਸੇ ਦੀ ਤਸਵੀਰ ਤੁਸੀਂ ਦੇਖੋਗੇ ਤਾਂ ਸਰ ਕੀ ਨਾਮ ਹੈ ਤੁਹਾਡਾ, ਕਿਹੜੀ ਕਿਸਾਨ ਜਥੇਬੰਦੀ ਤੋਂ ਇਸ ਜਗ੍ਹਾ ਤੇ ਪਹੁੰਚੇ? ਨਾ ਸੁਨੀਲ ਹੈ ਤੇ ਗ੍ਰਾਮੀਣ ਕਿਸਾਨ ਮਜ਼ਦੂਰ ਸਮਿਤੀ ਰਾਜਸਥਾਨ ਤੋਂ ਅਸੀਂ ਹੈ। ਹਾਂ ਸੁਨੀਲ ਜੀ, ਰਾਜਸਥਾਨ 'ਚ ਕੀ ਹਾਲਾਤ ਨੇ ਕਿਸਾਨੀ ਦੇ, ਕਿਉਂਕਿ ਪਹਿਲਾਂ ਸਰਕਾਰ ਕਾਂਗਰਸ ਦੀ ਸੀ, ਹਾਲਾਤ ਥੋੜੇ ਅਲੱਗ ਸੀ, BJP ਦੀ ਨਵੀਂ ਨਵੀਂ ਸਰਕਾਰ ਬਣੀ ਹੈ, ਕਿਸਾਨੀ ਅੰਦੋਲਨ ਦੇ ਕਿੰਨਾ ਕੰਪੈਕਟ ਇਸ ਚੀਜ਼ ਦਾ ਪੈ ਰਿਹਾ? ਬਹੁਤ ਬੁਰੇ ਹਾਲਾਤ ਹੈ ਜੀ। ਪਹਿਲੇ ਪਾਣੀ ਕਾਨੂੰਨ ਦਿੱਕਤਾਂ ਸੀ, ਹੁਣ MSP ਤਾਂ ਰਾਜਸਥਾਨ 'ਚ ਲਗਭਗ ਹੈ ਹੀ ਨਹੀਂ ਕਿਤੇ ਵੀ। ਜੈਸੇ ਅੰਦੋਲਨ ਤੁਸੀਂ ਕਰਦੇ ਸੀਗੇ ਪਹਿਲਾਂ ਇੱਥੋਂ ਤੱਕ ਆਉਣ ਦੇ ਨਾਲ ਬਾਰਡਰਾਂ 'ਤੇ ਕਹਿ ਦਿੱਤਾ ਗਿਆ ਕਿ ਤੁਹਾਨੂੰ ਰਾਜਸਥਾਨ ਦੇ ਬਾਰਡਰ ਗੰਗਾ ਨਗਰ ਦਾ ਹੋਰ ਆ ਉੱਥੇ ਵੀ ਰੋਕ ਦਿੱਤਾ ਗਿਆ? ਹਾਂਜੀ ਉੱਥੇ ਰੋਕੇ ਸੀ, ਸਾਨੂੰ ਗ੍ਰਿਫਤਾਰ ਕੀਤਾ ਫਿਰ ਅੱਗੇ ਰਾਜਸਥਾਨ 'ਤੇ ਛੱਡ ਦਿੱਤਾ ਗਿਆ। ਤੁਸੀਂ ਕੀ ਕਿਸ ਤਰੀਕੇ ਦੇ ਹਾਲਾਤ ਹੋ? ਹਾਲਾਤ ਬਹੁਤ ਬੁਰੇ ਹੈ ਜੀ। 13 ਤਾਰੀਖ ਕੋ ਜਬ ਹਮਾਰੀ ਜਥੇਬੰਦੀ, ਮੈਂ ਜ਼ਿਲ੍ਹਾ ਪ੍ਰਧਾਨ ਹੂੰ ਵਹਾਂ ਸੇ, ਯੇ ਯੂਥ ਅਧਿਕਸ ਹੈ ਹਮਾਰੇ GKSK ਔਰ ਸਭੀ ਸਾਥੀ ਹੈ, ਹਮਾਰੇ ਬਲੋਕ ਪ੍ਰਧਾਨ ਵੀ ਹੈ ਔਰ ਪ੍ਰਵਕਤਾ ਜੀ ਵੀ ਸਾਥ ਮੇਂ ਹੈ। ਤੋ ਹਾਲਾਤ ਬਹੁਤ ਬੁਰੇ ਹੈ ਜੀ। 13 ਤਾਰੀਖ ਕੋ ਹਮ 100-150 ਸਾਥੀ ਥੇ ਜੋ ਸਾਧੂਵਾਲੀ ਬਾਰਡਰ ਸੇ ਪੰਜਾਬ ਮੇਂ ਆਉਣਾ ਚਾਹਤੇ ਥੇ, ਬਿਲਕੁਲ ਉਹਨਾਂ ਨੇ ਸੀਲ ਕਰ ਰੱਖੇ ਹੈ। ਕੋਈ ਵੀ ਬਾਰਡਰ ਚਾਹੇ ਉਹ ਪੰਜਾਬ ਮੇਂ ਜਾ ਰਿਹਾ ਚਾਹੇ ਰਾਜਸਥਾਨ ਮੇਂ ਜਾ ਰਿਹਾ, ਬਿਲਕੁਲ ਉਹ ਹਰਿਆਣਾ ਮੇਂ ਜਾ ਰਿਹਾ ਹੈ, ਬਿਲਕੁਲ ਸੀਲ ਕਰ ਰੱਖੇ ਹੈ। ਔਰ ਅਭੀ ਅਭੀ ਹਮ ਆਏ ਹੈ, ਅਲੱਗ ਅਲੱਗ ਪੰਜ ਚਾਰ ਚਾਰ ਗਾਡੀਆਂ ਲੈ ਕੇ 150-200 ਸਾਥੀਆਂ ਪਹੁੰਚੇ ਹੋਏ, ਉਹ ਵੀ ਚੋਰ ਰਸਤੇ 'ਚ ਆਏ। ਟਰੈਕਟਰ ਟਰਾਲੀ ਨਹੀਂ ਆਉਣੇ ਦੇ ਰਹੇ? ਨਹੀਂ, ਟਰੈਕਟਰ ਟਰਾਲੀ ਵੀ ਆਈ ਹੈ ਚੋਰ ਰਸਤੇ 'ਚ, ਟਰੈਕਟਰ ਟਰਾਲੀ ਵੀ ਆਈ ਹੈ ਔਰ ਆ ਵੀ ਰਹੀ ਹੈ, ਆ ਚੋਰ ਰਸਤੇ 'ਚ ਰਹੇ, ਗਾਡੀਆਂ ਵੀ ਚੋਰ ਰਸਤੇ 'ਚ ਆ ਰਹੀ ਹੈ। ਬਾਕੀ ਪੂਰੀ ਜੋ ਬਾਰਡਰ ਹੈ ਉਹ ਸੀਲ ਕਰ ਰੱਖੇ ਆ, ਅਭੀ ਯਹੀ ਹਾਲਤ, ਬੱਸੇ ਵੀ ਬੰਦ ਕਰ ਰੱਖੇ ਉਹਨਾਂ ਨੇ। ਤੋ ਕਿਉਂਕਿ BJP ਕੀ ਸਰਕਾਰ ਵਹਾਂ, ਪਿਛਲੀ ਵਾਰ ਵਹਾਂ ਪੇ ਕਾਂਗਰਸ ਸਰਕਾਰ ਸੀ, ਹਮੇ ਪੂਰਾ ਸਪੋਰਟ ਮਿਲਾ ਥਾ, ਕੋਈ ਦਿੱਕਤ ਨਹੀਂ ਥੀ। ਅਬ ਕੀ ਵਾਰ BJP ਕੀ ਸਰਕਾਰ ਹੈ ਉਹ ਵਹਾਂ ਸੇ ਬਾਹਰ ਨਿਕਲਨੇ ਹੀ ਨਹੀਂ ਦੇ ਰਹੀ ਕਿਸੇ ਹਾਲਤ ਮੇਂ। ਉੱਥੇ ਜਿਹੜੇ ਹਾਲਾਤ ਨੇ ਰਾਜਸਥਾਨ ਦੇ ਦੱਸ ਰਹੇ ਸੀਗੇ। ਸਤਿ ਸ਼੍ਰੀ ਅਕਾਲ ਬਾਪੂ ਜੀ, ਕਿਹੜੀ ਜਗ੍ਹਾ ਤੋਂ ਆਏ ਹੋ? ਸਾਡਾ ਜੀ ਤਰਨ ਤਾਰਨ ਜ਼ਿਲ੍ਹਾ ਜੀ, ਜ਼ਿਲ੍ਹਾ ਤਰਨ ਤਾਰਨ, ਪਿੰਡ ਜੋਤ ਸਿੰਘ ਵਾਲਾ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜਨਰਲ ਸਕੱਤਰ। ਕਿੱਦਾਂ ਦੇਖ ਰਹੇ ਹੋਗੇ ਅੰਦੋਲਨ, ਪੰਜਵੇਂ ਦਿਨ 'ਚ ਦਾਖਲ ਹੋ ਚੁੱਕਾ ਹੈ, ਗੱਲਬਾਤ ਕਿੱਥੇ ਜੇ ਖੜੀ ਹੈ, ਲੀਡਰਾਂ ਨਾਲ ਵੀ ਤੁਹਾਡੀ ਗੱਲਬਾਤ ਹੋ ਰਹੇਗੀ, ਤੁਹਾਨੂੰ ਅਪਡੇਟ ਵੀ ਦੇ ਰਹੇ ਹੋਣਗੇ ਕਿ ਇੱਥੇ ਜੇ ਗੱਲ ਪਹੁੰਚੀ ਹੈ? ਗੱਲਬਾਤ ਪਹੁੰਚ ਗਈ ਹੈ, MSP ਦੀ ਗੱਲ ਜੀ ਆੜੀ ਆ। MSP ਜਿੰਨਾ ਚਿਰ ਤੱਕ ਦੇ ਨਹੀਂ ਉਨਾ ਚਿਰ ਤੱਕ ਵਾਪਸ ਪਬਲਿਕ ਜਾਣ ਵਾਲੀ ਨਹੀਂ, ਸਾਰੇ ਆਪਦੇ ਹੱਕ ਲੈ ਕੇ ਜਾਵਾਂਗੇ, ਉਹਨਾਂ 'ਚ ਤੱਕ ਉੱਠਣਾ ਨਹੀਂ ਗਾ, ਦਿੱਲੀ ਵਾਲਾ ਲਊਗਾ ਉਹਨਾਂ ਚਿਰ ਤੱਕ ਇੱਥੇ ਰਹਾਂਗੇ ਜਿੰਨਾ ਚਿਰ ਸਾਡੇ ਹੱਕ ਨਹੀਂ ਮਿਲਦੇ। ਮੀਟਿੰਗਾਂ ਦਾ ਦੌਰ ਜਾਰੀ ਹੈ, ਕੱਲ੍ਹ ਨੂੰ ਵੀ ਮੀਟਿੰਗ ਹੋਣ ਜਾ ਰਹੀ ਹੈ ਕੇਂਦਰੀ ਮੰਤਰੀਆਂ ਨਾਲ। ਹਾਂਜੀ ਮੀਟਿੰਗ ਜਾਰੀ ਆ, ਮੀਟਿੰਗ ਦੇ ਵਿੱਚ ਹੱਲ ਕੱਢਣਗੇ, ਜੇ ਤੱਕ ਦੇ ਦਿੰਦੇ ਆ MSP ਦੇ ਸਾਡਾ ਤਾਂ ਬਾਕੀ ਮੰਨ ਗਏ ਮੰਗਾਂ, ਇਹ ਸਿਰਫ MSP ਰਹਿ ਗਈ ਹੈ। ਨਾ ਕਿਹਾ ਵੀ ਅਸੀਂ ਸਲਾਹ ਕਰ ਲਈਏ, ਸਾਡੇ ਆਗੂ ਨੂੰ ਇਹ ਗੱਲ ਕਹਿ ਦਿੱਤੀ ਕਿ ਅਸੀਂ ਵੀ ਸਲਾਹ ਕਰ ਲਈਏ, ਅਸੀਂ ਸਲਾਹ ਕਰਕੇ ਦੱਸਾਂਗੇ। ਤੁਹਾਡਾ ਕੀ ਨਾਮ ਹੈ ਜੀ, ਕਿੱਥੋਂ ਆਏ ਹੋ?
ਮੈਂ ਜੀ ਪਟਿਆਲੇ ਜ਼ਿਲ੍ਹੇ ਤੋਂ ਆਇਆ ਬਖਸ਼ੀਸ਼ ਸਿੰਘ। ਬਖਸ਼ੀਸ਼ ਜੀ, ਕਿਵੇਂ ਦੇਖਦੇ ਹੋ ਇੰਨੀ ਜ਼ਿੰਦਗੀ ਦੇ ਵਿੱਚ ਦੋ ਤਿੰਨ ਅੰਦੋਲਨ ਵੱਡੇ ਵੱਡੇ ਆ ਗਏ ਪਿਛਲੇ 2 ਸਾਲ ਪਹਿਲਾਂ, ਫਿਰ ਇਹ ਅੰਦੋਲਨ ਜੀ? ਹੁਣ ਵੀ ਚੱਲ ਰਿਹਾ ਜੀ, ਮੀਟਿੰਗ ਚੱਲ ਰਹੀ ਹੈ, ਉਸ ਤੋਂ ਬਾਅਦ ਜੋ ਵੀ ਆਪਣਾ ਇਹ ਆਪਣਾ ਜਥੇਦਾਰ ਆਪਣਾ ਐਲਾਨ ਕਰੇਗੇ, ਉਸ ਤੋਂ ਬਾਅਦ ਕਰੇਂਗੇ ਜੋ ਵੀ ਕਰਨਾ। ਤੁਹਾਡਾ ਕੀ ਨਾਮ ਹੈ ਜੀ, ਕਿੱਥੋਂ ਆਏ ਹੋ? ਰਾਜਸਥਾਨ ਤੋਂ ਆਏ ਜੀ, ਸਾਹਿਬਰਾਮ ਹੁਸ਼ਿਆਰ। ਕਿਵੇਂ ਰਿਹਾ ਇੱਥੋਂ ਤੱਕ ਦਾ ਸਫ਼ਰ, ਰਾਜਸਥਾਨ ਦੇ ਸ਼ਹਿਰਾਂ ਤੋਂ ਚੱਲ ਕੇ ਇੱਥੋਂ ਤੱਕ ਦਾ? ਸ਼ਹਿਰੋਂ ਰਾਜਸਥਾਨ, ਉੱਥੋਂ ਤੋਂ ਆਉਣ 'ਤੇ ਥੋੜ੍ਹੀ ਦਿੱਕਤ ਹੋਈ ਸੀ, ਅੱਗੇ ਪੰਜਾਬ 'ਚ ਤਾਂ ਕੋਈ ਦਿੱਕਤ ਨਹੀਂ ਹੋਈ। ਰਾਜਸਥਾਨ ਦੇ ਜਦੋਂ ਹਾਲਾਤ ਦੇਖਦੇ ਹੋ MSP, ਕਿਉਂਕਿ ਪੰਜਾਬ ਦੇ ਕਿਸਾਨਾਂ ਨੂੰ ਕਣਕ ਔਰ ਝੋਨੇ 'ਤੇ ਮਿਲ ਰਹੀ ਹੈਗੀ, ਗੇਹੂੰ ਔਰ ਦਾਨ ਕਹਿ ਦਿੱਤੇ ਹਾਂ ਸ਼ਾਇਦ ਆਪਣੇ, ਤਾਂ ਉੱਧਰ ਦੇ ਕੀ ਹਾਲਾਤ ਨੇ MSP ਨੂੰ ਲੈ ਕੇ ਰਾਜਸਥਾਨ ਦੇ ਖਾਸ ਤੌਰ 'ਤੇ? ਰਾਜਸਥਾਨ 'ਚ ਬਹੁਤ ਮਾੜੇ ਹਾਲਾਤ ਹੈ ਜੀ, MSP ਮਿਲ ਹੀ ਨਹੀਂ ਰਹੀ ਹੈ। ਹੁਣ ਸਾਡੇ ਸਰਸੋਂ ਦੇ ਭਾਅ 5600 ਰੁਪਏ MSP, ਬਾਜ਼ਾਰ ਰੇਟ 4000 ਰੁਪਏ, ਔਰ ਉਹ ਵੀ ਲਿਮਿਟ ਲਗਾ ਕੇ ਲੈਤੇ ਹੈ, ਇਤਨੇ ਡਾਕੂਮੈਂਟ ਲੈਤੇ ਹੈ ਕਿ ਮੰਨ ਲਓ 25 ਕੁਇੰਟਲ ਇੱਕ ਕਿਸਾਨ ਸੇ ਲੈ ਰਹੇ ਹੈ, ਬਾਕੀ ਜਾਏ ਵਾੜ ਮੇਂ। ਸਰਕਾਰ ਵੀ ਨਾ ਮੇਨ ਬਿਮਾਰੀ ਕਾ ਇਲਾਜ ਨਹੀਂ ਕਰ ਰਹੀ, ਸਾਥ ਮੇਂ ਦੇ ਰਹੀ ਗਈ ਟੈਬਲੇਟ ਲੈ ਲਓ, ਸਿਰ ਦਰਦ ਵਾਲੀ ਲੈ ਲਓ, ਪੇਟ ਦਰਦ ਵਾਲੀ ਲੈ ਲਓ, ਜੋ ਮੇਨ ਬਿਮਾਰੀ ਉਸਕੀ ਤਰਫ ਤੋਂ ਜਾ ਹੀ ਨਹੀਂ ਰਹੀ ਹੈ। ਇੱਕ ਪਾਸੇ ਪੰਜਾਬ ਹੈ, ਦੂਜੇ ਪਾਸੇ ਰਾਜਸਥਾਨ ਹੈ, ਤੀਸਰਾ ਸਟੇਟ ਵੀ ਮੇਰੇ ਕੋਲ ਆ ਪਹੁੰਚਿਆ, ਹਿਮਾਚਲ ਤੋਂ ਆਏ ਹੋ ਜੀ, ਕਹਾਂ ਸੇ ਆਏ ਹੋ ਸਰ, ਕਿਆ ਨਾਮ ਹੈ? ਮੇਰਾ ਨਾਮ ਜਗਦੀਸ਼ ਠਾਕੁਰ ਹੈ ਔਰ ਮੈਂ ਹਿਮਾਚਲ ਪ੍ਰਦੇਸ਼ ਸੇ ਹੂੰ, ਜ਼ਿਲ੍ਹਾ ਮੰਡੀ ਸੇ ਹੂੰ। ਮੈਂ ਵੀ ਇਸ ਅੰਦੋਲਨ ਕਾ ਹਿੱਸਾ ਬਣਾ ਹੂੰ, ਇਸਸੇ ਪਹਿਲੇ ਵੀ ਮੈਂ 13 ਮਹੀਨੇ ਇਸ ਅੰਦੋਲਨ ਮੈਂ ਰਹਾ ਹੂੰ, ਔਰ ਆਜ ਵੀ ਇਹ ਅੰਦੋਲਨ ਦੁਬਾਰਾ ਸਟਾਰਟ ਹੁਆ ਹੈ, ਉਸਕੇ ਬਾਅਦ ਫਿਰ ਇਸ ਮੈਂ ਪਹੁੰਚੇ ਹੈ। ਮੈਂ MSP ਕੀ ਚਰਚਾ ਕਰ ਰਹਾ ਥਾ, ਪੰਜਾਬ ਮੇਂ ਦੋ ਫਸਲੋਂ ਪਰ MSP ਮਿਲ ਰਹੀ ਹੈ, ਗੇਹੂੰ ਔਰ ਦਾਨ, ਹਿਮਾਚਲ ਕੇ ਕਿਆ ਹਾਲਾਤ ਹੈ? ਕਿਉਂਕਿ ਪੰਜਾਬ ਕੇ ਕਿਸਾਨ ਕੋ ਵੀ ਪਤਾ ਚੱਲੇ ਕਿ ਕਹਾਂ ਪੇ MSP ਕੇ ਹਾਲਾਤ ਹੈ। ਰਾਜਸਥਾਨ ਕੇ ਲੋਕ ਖੜੇ ਥੇ, ਬੋਲੇ ਰਾਜਸਥਾਨ ਮੇਂ MSP ਨਹੀਂ ਹੈ ਕਿਸੀ ਚੀਜ਼ ਪੇ, ਉਹਨੇ ਬਾਤ ਕੀ ਕੁਛ ਫਸਲੋਂ ਕੀ, 4000 MSP ਮਿਲ ਰਹੀ ਹੈ, ਜਿਸਕਾ ਰੇਟ 5600 ਹੈ, ਔਰ ਉਹ ਵੀ ਡਾਕੂਮੈਂਟ ਦੇਣ ਕੇ ਬਾਅਦ ਦੇ ਰਹੇ ਹੈ। ਜੀ ਜੀ, ਸਭ ਪਹਿਲੇ ਤੋਂ ਹਿਮਾਚਲ ਕੀ ਅਗਰ ਮੈਂ ਬਾਤ ਕਰੂੰ, ਵਹਾਂ ਪਰ ਜੋ ਹੈ ਬਾਗਬਾਨੀ ਕੀ ਖੇਤੀ ਹੋਤੀ ਹੈ, ਦੂਸਰੀ ਜੋ ਹਮਾਰੀ ਜੋ ਚਾਹੇ ਧਾਨ ਹੈ ਚਾਹੇ ਗੇਹੂੰ ਹੈ, ਉਹ ਤੋਂ ਗੁਜ਼ਾਰੇ ਲਾਇਕ ਹੋਤੀ ਹੈ, ਔਰ ਬਿਨਾਂ ਖਾਦ ਕੇ ਹੋਤੀ ਹੈ, ਗੋਬਰ ਖਾਦ ਮੈਂ, ਤੋ ਲੋਕ ਉਤਨਾ ਹੀ ਪੈਦਾ ਕਰਤੇ ਜਿਤਨਾ ਉਨਕੋ ਚਾਹੀਏ ਹੋਤਾ। ਬਾਕੀ ਜੋ ਮੇਨ ਜੋ ਫਸਲੇ ਹੈ ਹਮਾਰੀ, ਜੈਸੇ ਅਨਾਰ ਹੈ, ਸੇਬ ਕੀ ਹੈ, ਜਾਂ ਦੂਸਰਾ ਕੋਈ ਫਰੂਟ ਹੈ, ਉਸਕੀ ਬਾਗਬਾਨੀ ਹੀ ਹੋਤੀ ਹੈ। ਔਰ ਸਭਸੇ ਬੜਾ ਸਵਾਲ ਇਹ ਹੈ ਕਿ ਜੋ ਸਰਕਾਰ ਨੇ ਬੀਜੋਂ ਕੇ ਰੇਟ ਬੜਾ ਦੀਏ, ਦਵਾਈਓਂ ਕੇ ਰੇਟ ਬੜਾ ਦੀਏ, ਜੋ ਹਮਾਰੇ ਐਗਰੀਕਲਚਰ ਇੰਸਟਰੂਮੈਂਟ ਹੈ ਉਨਕੇ ਰੇਟ ਬੜਾ ਦੀ, ਉਸਕੇ ਉੱਪਰ GST ਲਗਾ ਦੀ, ਤੋ ਇਸਕਾ ਫਰਕ ਜੋ ਹੈ ਪੂਰੇ ਜੋ ਹਿੰਦੁਸਤਾਨ ਕੀ ਜੋ ਜਿਤਨੇ ਵੀ ਕਿਸਾਨ ਹੈ, 60-70% ਹਮਾਰੇ ਹਿੰਦੁਸਤਾਨ ਮੇਂ ਕਿਸਾਨ ਹੈ, ਤੋ ਸਭਕੋ ਉਸਕਾ ਫਰਕ ਪੜ ਰਹਾ ਹੈ। ਹਿਮਾਚਲ ਦੇ ਲੋਕ ਸਾਥ ਦੇ ਰਹੇ ਨੇ, ਪਿੱਛੇ ਪੰਜਾਬ ਦੇ ਕਿਸਾਨ ਖੜੇ ਹੋਏ ਨੇ, ਕਿਵੇਂ ਕਿਵੇਂ ਦੇਖ ਰਹੇ ਹੋ ਅੰਦੋਲਨ ਨੂੰ, 5ਵਾਂ ਦਿਨ ਅੰਦੋਲਨ 'ਚ ਪਹੁੰਚੇ ਹਾਂ ਆਪਾਂ, ਖਾਸ ਤੌਰ 'ਤੇ ਪਿੰਡਾਂ ਤੋਂ ਚੱਲ ਕੇ ਇੱਥੇ ਤੱਕ ਆਏ ਹਾਂ, ਕਿਵੇਂ ਲੱਗਿਆ, ਕਿਵੇਂ ਰਿਹਾ ਸਫ਼ਰ ਪਹਿਲਾਂ, ਰਾਹ 'ਚ ਕੋਈ ਰੋਕ ਟੋਕ, ਇੱਥੋਂ ਤੱਕ ਦਾ ਕੋਈ ਸਫ਼ਰ ਕੀ ਰਿਹਾ? ਬਹੁਤ ਵਧੀਆ ਰਿਹਾ ਜੀ, ਬਹੁਤ ਸਾਥ ਦਿੱਤਾ ਲੋਕਾਂ ਨੇ, ਬਾਕੀ ਇੱਥੋਂ ਦੇ ਬਾਈ ਬਹੁਤ ਸਾਥ ਦੇ ਰਹੇ ਨੇ, ਲੰਗਰ ਪਾਣੀ ਖੁੱਲ੍ਹਾ ਦੇ ਰਹੇ ਨੇ। ਹਾਂਜੀ, ਜਿਸ ਤਰੀਕੇ ਨਾਲ ਸਹਿਯੋਗ ਹਰਿਆਣੇ ਦਾ ਮਿਲ ਰਿਹਾ ਹੈਗਾ, ਨਾਲ ਰਾਜਸਥਾਨ ਦੇ ਕਿਸਾਨ ਆ ਰਹੇ, ਹਿਮਾਚਲ ਤੋਂ ਕਿਸਾਨ ਪਹੁੰਚੇ ਆ, ਅਲੱਗ ਅਲੱਗ ਸਟੇਟਾਂ ਇਸ ਅੰਦੋਲਨ ਦਾ ਹਿੱਸਾ ਨੇ, ਪੂਰਾ ਕਹਿ ਲਈਏ ਕਿ ਹਿੰਦੁਸਤਾਨ ਇਸ ਅੰਦੋਲਨ ਦਾ ਹਿੱਸਾ ਬਣਿਆ ਹੋਇਆ। ਹਾਂਜੀ ਹਾਂਜੀ, ਬਹੁਤ ਦੇਖੋ, ਸਾਰੇ ਹੀ ਸਾਡਾ ਸਾਥ ਦੇ ਰਹੇ ਨੇ, ਸਾਰੀਆਂ ਸਟੇਟਾਂ ਤੋਂ ਸਾਨੂੰ ਸਾਥ ਮਿਲ ਰਿਹਾ, ਲੇਕਿਨ ਗੌਰਮੈਂਟ ਸਾਡੇ ਨਾਲ ਧੱਕਾ ਕਰ ਰਹੀ ਹੈ। ਜਿਹੜਾ ਵੀ ਸਾਡੀ ਸਪੋਰਟ 'ਚ ਆ ਰਿਹਾ ਹੈ, ਦੇਖੋ ਉਹਨੂੰ ਟ੍ਰੇਨਾਂ 'ਚੋਂ ਉਤਾਰਿਆ ਜਾ ਰਿਹਾ ਹੈ, ਠੀਕ ਹੈ, ਆਉਣ ਨਹੀਂ ਦਿੱਤਾ ਜਾ ਰਿਹਾ। UP ਵਾਲੇ ਕਿਸਾਨ ਆਉਣਾ ਚਾਹੁੰਦੇ ਆ, ਉਹਨਾਂ ਨੂੰ ਉਤਾਰ ਦਿੱਤਾ ਜਾ ਰਿਹਾ, ਟ੍ਰੇਨਾਂ 'ਚੋਂ ਫੜ ਫੜ ਕੇ ਅੰਦਰ ਅਰੈਸਟ ਕੀਤਾ ਜਾ ਰਿਹਾ, ਪਹੁੰਚਣ ਨਹੀਂ ਦਿੱਤਾ ਜਾ ਰਿਹਾ, ਤੁਹਾਨੂੰ ਵੀ ਪਤਾ ਇਸ ਗੱਲ ਦਾ, ਹੈ ਨਾ? ਤੇ ਬਾਕੀ ਸਾਥ ਤਾਂ ਸਾਨੂੰ, ਠੀਕ ਹੈ ਰੋਹਿਤ, ਪਲ ਪਲ ਦੀ ਅਪਡੇਟ ਤੁਹਾਡੇ ਤੋਂ ਅਸੀਂ ਲੈਂਦੇ ਰਹਾਂਗੇ। ਤਾਂ ਇਹ ਬਾਰਡਰ ਤੋਂ, ਸ਼ੰਭੂ ਬਾਰਡਰ ਤੋਂ ਜਿਹੜੀ ਹੈ ਗਰਾਊਂਡ ਜ਼ੀਰੋ ਤੋਂ ਪਲ ਪਲ ਦੀ ਅਪਡੇਟ ਜਿਹੜੀ ਸਾਨੂੰ ਰੋਹਿਤ ਦੇ ਰਹੇ ਨੇ।